मन काबू करना। दूसरी शर्त, एक पसंद तोड़िया तो फिर मनता है ये तो जोड़ना किसी ना जोड़ो। हाँ जोड़ो कि ना जोड़ो मेरी संतान संग सब संग गुरमुख प्यारा ना जोड़ो सही प्यारे मिलनी। बाणी कहती है सही प्यारे मिलनी जिन्हें मिलिया तेरा नाम चितावे। देखो कितना फर्क है, इन दुनिया का थोनू नाम भुलाउंदी है। असि उन्हें क्यों दोस्ती करनी जे सानू नाम तो भुलाउंदे है। ते बाणी तो कहती सही प्यारे याद रखो। प्यारे कौन है? जेडे गुरु नानक दे प्यारे। उन्हां नाल क्यों के उन्हां नाल मिल के नाम चितावे। दूसरी शर्त, इन्हां नाल वधाओ इन्हां नाल कृपा करे जे आपनी तां होवे साधु संग। ज्यों ज्यों ये वधाईए त्यों त्यों हरसों रंग। देखो जी रंग लाउणा ना रस लैणा ना। देखो किन्ने किन्ने आला नुस्खा दस्सिया। कृपा करे जे आपनी तां होवे साधु संग। ज्यों ज्यों ये वधाईए वधाउणा असीं तां इधर वधाउणे जी फलानी नाल दोस्ती पा ली कितें कम आ जांदा है। ਕਿਤੇ ਸਿਫਾਰਿਸ਼ ਕਰਾਉਣੀ ਪੈਂਦੀ ਹੈ ਅਸੀਂ ਬਾਕੀਆਂ ਬਤਾਉਂਦੇ ਉਹ ਭਾਈ ਉਹਨਾਂ ਨਾਲ ਤੋੜਨਾ ਹੈ ਜੋੜਨਾ ਕੀ ਨਾ ਗੁਰਮੁਖ ਪਿਆਰਿਆਂ ਨਾਲ ਸਹੀ ਪਿਆਰੀ ਮਿਲਣੀ ਜਿਹਨਾਂ ਮਿਲਿਆ ਤੇਰਾ ਨਾਮ ਚਿੱਤ ਆਵੇ ਹਾਂਜੀ ਦੋ ਗੱਲਾਂ ਇਹ ਬਹੁਤ ਜ਼ਰੂਰੀ ਸ਼ਰਤਾਂ ਹੈਗੀਆਂ ਇਹਦੇ ਬਗੈਰ ਤੁਸੀਂ ਬਾਣੀ ਵੱਲ ਨਹੀਂ ਬਾਣੀ ਦਾ ਰਸ ਨਹੀਂ ਪ੍ਰਾਪਤ ਕਰ ਸਕਦੇ। ਮਨ ਨਹੀਂ ਟਿਕ ਸਕਦਾ, ਮਨ ਦਾ ਟਾਰਗੇਟ ਬਣਿਆ ਹੈ। ਉਧਰੋਂ ਗੋਲੀ ਮਾਰੀ ਉਧਰੋਂ ਮਾਰੀ ਉਧਰੋਂ ਮਾਰੀ ਚਾਰ ਫੇਰੋਂ ਗੋਲੀਆਂ ਲੱਗੀਆਂ ਬੇਚਾਰਾ ਮਨ ਕੀ ਕਰੇ। ਦੇਖ ਲਓ ਆਪਣੇ ਅੰਦਰ ਵੜ ਕੇ ਤੁਸੀਂ ਤੁਹਾਡੇ ਨਾਲ ਸਾਰਿਆਂ ਨਾਲ ਸਾਰੀ ਦੁਨੀਆਂ ਨਾਲ ਟਾਰਗੇਟ ਬਣਿਆ ਇਹ ਕੌਣ ਟਾਰਗੇਟ ਤੁਹਾਡੀ ਮਨ ਗੋਲੀਆਂ ਮਾਰਨ ਵਾਲਾ ਕਰਦੇ ਹੀ ਕਰਦੇ ਹੀ ਬਾਹਰਲੇ ਤਾਂ ਮਗਰੋਂ ਮਾਰਦੇ ਪਹਿਲਾਂ ਕਰਦੇ ਹੀ ਨਹੀਂ ਇਹਨਾਂ ਦੀ ਇਹਨਾਂ ਦੀ ਸ਼ਿਕਾਇਤਾਂ ਨਹੀਂ ਗਿਲੇ ਨਹੀਂ ਮੁੱਕਦੇ। ਦੋ ਗੱਲਾਂ ਸ਼ਰਤ। ਤੀਸਰੀ ਤੀਸਰੀ ਸ਼ਰਤ ਹੈ ਉਹ ਤਾਂ ਹੋਈ ਨਾ ਸਹੀ ਪਿਆਰੇ ਮਿਲਣੀ। ਦੂਸਰੀ ਸ਼ਰਤ ਹੈ ਉਹਦਾ ਮਤਲਬ ਸਤਸੰਗ। ਸਤਸੰਗ ਕਿਹਨਾਂ ਪਿਆਰਿਆਂ ਦੀ? ਗੁਰਮੁਖ ਪਿਆਰਿਆਂ ਦੀ ਸਤਸੰਗ ਜਿਹਨਾਂ ਉਹਦੀ ਸ਼ਰਤ ਕੀ ਲਾਤੀ ਹੈ? ਜਿਹਨਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਤੀਸਰੀ ਸ਼ਰਤ ਫਿਰ ਤੁਸੀਂ ਬਾਣੀ ਪੜ੍ਹੋ ਤੇ ਬਾਣੀ ਚ ਤੁਹਾਨੂੰ ਰਸ ਆਏਗਾ ਕਿਉਂਕਿ ਬਾਣੀ ਚ ਲਿਖਿਆ ਹੈ ਜਿਉਂ ਜਿਉਂ ਇਹ ਵਧਾਈਏ। ਕੀ ਵਧਾਈਏ? ਸਤਸੰਗ ਵਧਾਈਏ। ਹਾਂਜੀ ਸਤਸੰਗ ਨਹੀਂ ਆਏ ਜੀ ਕੀ ਕਰੀਏ, ਉੱਥੇ ਮਕਾਨ ਜਾਣਾ ਸੀਗਾ ਉੱਥੇ ਐਂ ਹੋ ਗਿਆ, ਮੀਂਹ ਪੈਣ ਲੱਗ ਪਿਆ, ਇਹ ਹੋ ਗਿਆ ਉਹ ਹੋ ਗਿਆ, ਬਸ ਇਹ ਬਹਾਨੇ। ਹਾਂ ਜੇ ਮੈਂ ਕਹਿੰਦਾ ਹੁੰਦਾ ਵੀ ਜੇ ਤੇਰੀ ਕੁੜੀ ਦਾ ਉੱਥੇ ਕੋਈ ਮਰ ਗਿਆ ਹੁੰਦਾ ਮਕਾਨ ਉੱਥੇ ਤਾਂ ਭੱਜਿਆ ਜਾਏਗਾ ਨਾ, ਉੱਥੇ ਤਾਂ ਨਹੀਂ ਇਹ ਦੇਖਣਾ, ਮੀਂਹ ਨਹੀਂ ਦੇਖਣ ਤੇ ਮਕਾਨ ਦੇਣ ਦਾ ਜ਼ਰੂਰ ਜਾਏਗਾ। ਉਹ ਕਿਸੇ ਦੇ ਵਿਆਹ 'ਤੇ ਜੀ ਉੱਥੇ ਤਾਂ ਪਹੁੰਚਣਾ ਹੋਇਆ ਕੀ ਕਰਨਾ, ਆਹ ਸਾਡੇ ਗੁਆਂਢ ਵਿੱਚ ਅੱਜ ਹੋ ਰਿਹਾ ਉੱਥੇ ਕੀ ਹੋ ਰਿਹਾ ਜੀ, ਮੁੰਡੇ ਦਾ ਨਾਂ ਰੱਖਣਾ ਹੈਗਾ ਜੀ, ਵੱਡੇ ਮੁੰਡੇ ਦੀ ਦਸਤਾਰ ਬੰਦੀ ਕਰਨੀ ਹੈ, ਆਹ ਇਹਨਾਂ 'ਚ ਫਸੇ ਹੋਏ ਜੀ, ਸਾਡੀ ਬੜੀ ਵਾਕਫੀਅਤ ਹੈ ਸਾਡੇ ਡਿਪਟੀ
ਮਿਸਟਰ ਵਾਕਫ ਹੈ, ਸਾਡੇ ਮਿਨਿਸਟਰ ਵਾਕਫ ਹੈ। ਉਹ ਭਾਈ ਮਿਨਿਸਟਰ ਤਾਂ ਗੁਰੂ ਨਾਨਕ ਦੇ ਕੌਣ ਹੈ? ਗੁਰੂ ਨਾਨਕ ਦੇ ਸਿੱਖ। ਗੁਰੂ ਨਾਨਕ ਨੂੰ ਜਿਹੜੇ ਪਿਆਰੇ ਹੈ ਉਹ ਸਾਡੇ ਮਿਨਿਸਟਰ ਹੈ, ਜਿਹਨਾਂ ਦੀ ਡਾਇਰੈਕਟ। ਇੱਥੇ ਤਾਂ ਇੰਦਰਾ ਗਾਂਧੀ ਡਿਪਟੀ ਕਮਿਸ਼ਨਰ ਜਾਂ ਮਿਨਿਸਟਰ ਹੋ ਗਈ ਇੰਦਰਾ ਗਾਂਧੀ ਨਾਲ, ਤੇ ਇੱਥੇ ਗੁਰਮੁਖ ਪਿਆਰਿਆਂ ਦੀ ਡਾਇਰੈਕਟ ਗੁਰੂ ਨਾਨਕ ਨਾਲ ਰਿਸ਼ਤਾ ਅਪਰੋਚ। ਅਸੀਂ ਇਸ ਕਰਕੇ ਇਹਨਾਂ ਨਾਲ ਪਿਆਰ ਵਧਾਉਣਾ ਹੈ। ਸਹੀ ਪਿਆਰੇ ਮਿਲੀ, ਜਿਹਨਾਂ ਮਿਲਿਆ ਤੇਰਾ ਨਾਮ ਕਿੱਥੇ ਆਵੇ? ਇੱਥੇ ਬਸ ਨਹੀਂ ਹੈ, ਇਹ ਤਾਂ ਛੱਡਾ ਹੈ, ਤਿਆਰੀ ਹੈ, ਗਾਹਾਂ ਚੱਲਣਾ ਵੀ ਹੈ। ਉਹ ਕੀ ਹੈ ਹੁਣ? ਫਿਰ ਇਸ ਹਾਲਤ ਬਾਣੀ ਪੜ੍ਹੋ। ਬਾਣੀ ਦੱਸਿਆ ਵੀ ਬਾਣੀ ਪੜ੍ਹਨ ਵਾਸਤੇ ਅਸੀਂ ਪਾਠ ਕਰਨਾ ਹੈ, ਫਿਰ ਇਹਦੇ ਅੱਖਰੀ ਅਰਥ ਪਹਿਲਾਂ, ਫਿਰ ਇਸਦੇ ਭਾਵ ਅਰਥ ਸਿੱਖਣੇ ਹੈ, ਫਿਰ ਅੰਤਰੀਵ ਅਰਥ ਸਿੱਖਣੇ ਹੈ, ਫਿਰ ਇਹਦੀ ਅਕਥ ਕਥਾ ਅਨੁਭਵੀ ਅਰਥ ਅਨੁਭਵ। ਤੇ ਜਿਉਂ ਜਿਉਂ ਤੁਸੀਂ ਇਹਦੇ 'ਚ ਵੱਧਦੇ ਜਾਓਗੇ, ਤਿਉਂ ਤਿਉਂ ਇਹ ਯਾਦ ਰੱਖੋ ਕਿ ਇਹ ਬਾਣੀ ਵੀ ਰਸ ਦੀ ਭਰੀ ਹੋਈ ਹੈ। ਜੇਕਰ ਸਾਨੂੰ ਰਸ ਨਹੀਂ ਆਇਆ ਤਾਂ ਇਹਦਾ ਮਤਲਬ ਕਿ ਸਾਡਾ ਮਾਇਕ ਖਰਾਬ ਹੈ। ਉਹ ਤਾਂ ਉਹੀ ਗੱਲ ਹੈ ਕਿ ਪਿਆਰੇ ਬੱਚੇ ਦੀ ਚਿੱਠੀ ਆਈ ਹੈ, ਉਹ ਮਾਂ ਨੂੰ ਤਾਂ ਰਸ ਆ ਕੇ ਉਹ ਤਾਂ ਅੱਖਾਂ ਚੋਂ ਇੰਜੂ ਕਰਨ ਲੱਗ ਪਿਆ। ਗੁਆਂਢੀ ਨੇ ਦਿੱਤੀ ਉਹ ਕਿ ਹਾਂ ਜੀ ਬੜੀ ਚੰਗੀ ਚਿੱਠੀ, ਬਸ ਹੋ ਗਿਆ। ਉਹਨੂੰ ਤਾਂ ਅੱਖਾਂ ਚੋਂ ਇੰਜੂ ਨਹੀਂ, ਉਹ ਤਾਂ ਬਲਬਲਾ ਨਹੀਂ ਆਇਆ ਉਹਨੂੰ। ਇਹੀ ਹੈ ਨਾ, ਜਿਉਂ ਜਿਉਂ ਤੁਹਾਡਾ ਤਾਲੁਕਾਤ ਜ਼ਿਆਦਾ ਹੁੰਦੇ ਜਾਣਗੇ, ਗੁਰਮੁਖਾਂ ਦੀ ਸੰਗਤ ਹੋਏਗੀ, ਤਿਉਂ ਤਿਉਂ ਗੁਰਬਾਣੀ ਦੀ ਜਿਉਂ ਜਿਉਂ ਇਹ ਵਧਾਈਏ ਕੀ ਸਾਧ ਸੰਗਤ ਵਧਾਈਏ, ਤਿਉਂ ਤਿਉਂ ਹਰਸੋ ਰੰਗ ਤੁਹਾਡਾ ਹੁੰਦਾ ਜਾਏਗਾ। ਹਰੀ ਦੇ ਨਾਲ ਰੰਗ ਹੋਏਗਾ, ਬਾਣੀ ਮਿੱਠੀ ਲੱਗੇਗੀ, ਪਿਆਰੀ ਲੱਗੇਗੀ, ਰਸ ਆਏਗਾ, ਰੰਗ ਆਏਗਾ, ਤੁਹਾਡਾ ਆਤਮਾ ਉੱਡਦੀ ਜਾਏਗੀ, ਉੱਡਦੀ ਜਾਏਗੀ। ਫਿਰ ਫਿਰ ਇਸ ਦੁਨੀਆਂ ਨਾਲ ਤੁਹਾਡਾ ਜੋ ਬਿਨ ਸਿਓ ਮੇਰਾ ਠੱਠਾ ਬਾਗ ਹੁਣ ਇਹ ਛੱਪਾ ਹੈ। ਇੱਕ ਗੱਲ ਹੋਰ, ਲੇਕਿਨ ਜੀ ਇਹ ਕਿਵੇਂ ਹੋਵੇ? ਸਿੱਧੀ ਗੱਲ ਹੈ ਕਿ ਉਹ ਮੈਂ ਹੁਣੇ ਦੱਸੀ ਹੈ ਕਿ ਚੰਗੇਰੀ ਚੀਜ਼ ਬੱਚੇ ਨੂੰ ਛੁਰੀ ਦੀ ਬਜਾਏ ਫੜੀ ਹੈ ਜਾਂ ਕੋਈ ਹੋਰ ਨੁਕਸਾਨਦੇਹ ਜਿਹੜੀ ਹੈ ਉਹ ਦੂਸਰੀ ਜਗ੍ਹਾ ਚੀਜ਼ ਦੇ ਦਿਓ, ਚੰਗੇਰੀ ਚੀਜ਼ ਦੇ ਦਿਓ, ਤੇ ਉਹ ਛੱਡ ਦੇਗਾ। ਹੁਣ ਉਹ ਇੱਥੇ ਚੰਗੇਰੀ ਕੀ ਚੀਜ਼ ਹੈ? ਇੱਥੇ ਹੈ ਨਾਮ ਦਾ ਰਸ, ਬਾਣੀ ਦਾ ਰਸ, ਇਹ ਚੰਗੇਰੀ ਹੈ। ਜੇ ਕੋਈ ਤੁਹਾਨੂੰ ਰਸ ਦੇ ਸਕੇ, ਸਾਧ ਸੰਗਤ ਤੋਂ ਬਗੈਰ ਹੋ ਕਿਤੇ ਰਸ ਹੈ ਨਹੀਂ ਹੈ, ਯਾਦ ਰੱਖੋ ਇਹ ਰਸ ਸਾਧ ਸੰਗਤ ਵਿੱਚ ਹੈ। ਸਾਧ ਸੰਗਤ ਵਿੱਚ ਆਓ।